ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲਓ ਜੀ, ਆਪਾਂ ਇੱਕ ਨਵਾਂ ਵਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਹਾਂ। ਅਤੇ ਅੱਜ ਵਾਲੇ ਵਲੌਗ ਦੇ ਵਿੱਚ ਮੈਂ ਸੰਦੀਪ ਕੌਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਦਿਨ ਹੈਗਾ ਜੀ ਅੱਜ ਸ਼ਨੀਵਾਰ ਦਾ, ਅਤੇ ਤਰੀਕ ਹੈਗੀ ਹੈ 22 ਜੂਨ। ਟਾਈਮ ਹੋ ਗਿਆ ਇੱਥੇ ਦੁਪਹਿਰ ਦੇ 3 ਵਜੇ ਦਾ। ਦੁਪਹਿਰ ਦੀ ਚਾਹ ਪਾਣੀ ਪੀ ਲਿਆ ਸੀਗਾ, ਅਤੇ ਅੱਜ ਮੈਂ ਸਵੇਰ ਦਾ ਵਲੌਗ ਸ਼ੁਰੂ ਨਹੀਂ ਕੀਤਾ ਕਿਉਂਕਿ ਸਵੇਰੇ ਜਿਵੇਂ ਕੱਲ੍ਹ ਦਾ ਹਨੇਰੀ ਮੀਂਹ ਆਇਆ ਸੀਗਾ, ਉਹਦਾ ਰੇਤਾ ਕੱਢਣ ਵਾਲਾ ਸੀਗਾ ਬਹੁਤ, ਅਤੇ ਉੱਤੋਂ ਮੈਨੂੰ ਥਕਾਵਟ ਜੀ ਵੀ ਬਹੁਤ ਲੱਗ ਰਹੀ ਸੀ ਕਿਉਂਕਿ ਕੱਲ੍ਹ ਦਾ ਜਿਹੜਾ ਆ ਉਹ ਰੇਤਾ ਵਗੈਰਾ ਬਹੁਤ ਕੱਢਿਆ ਸੀਗਾ, ਅਤੇ ਹਜੇ ਰਹਿ ਵੀ ਗਿਆ ਕਿਉਂਕਿ ਇੱਕ ਦਿਨ ਦੇ ਵਿੱਚ ਇੱਕ ਜਣੇ ਨੂੰ ਸਾਰਾ ਕੰਮ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਆ। ਫਿਰ ਉਸ ਦੇ ਨਾਲ ਕਿਚਨ ਦੇ ਵੀ ਕੰਮ ਕਰਨੇ, ਕੱਪੜੇ ਵਗੈਰਾ ਧੋਣੇ, ਅਤੇ ਹੋਰ ਵੀ ਬਹੁਤ ਕੰਮ ਹੋ ਜਾਂਦਾ ਆ। ਅਤੇ ਇਸ ਕਰਕੇ ਕਰ ਤਾਂ ਮੈਂ ਥੋੜ੍ਹਾ ਥੋੜ੍ਹਾ ਰਹੀ ਹਾਂ, ਪਰ ਫਿਰ ਵੀ ਮੈਨੂੰ ਥਕਾਵਟ ਜੀ ਲੱਗ ਰਹੀ ਸੀਗੀ, ਅਤੇ ਇਸ ਕਰਕੇ ਅੱਜ ਮੈਂ ਕੰਮ ਨਿਬੇੜ ਕੇ ਰੈਸਟ ਕੀਤਾ ਕਾਫੀ ਟਾਈਮ। ਅਤੇ ਕਿਉਂਕਿ ਜੇ ਆਪਾਂ ਸਰੀਰ ਨਾਲ ਧੱਕਾ ਜਿਹਾ ਕਰਦੇ ਹਾਂ ਤਾਂ ਫਿਰ ਆਪਾਂ ਨੂੰ ਇਹ ਜੀ ਪ੍ਰੋਬਲਮ ਹੋ ਜਾਂਦੀ ਕਈ ਵਾਰੀ, ਹੈ ਨਾ, ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ। ਇਸ ਕਰਕੇ ਮੈਂ ਸੋਚਿਆ ਵੀ ਚਲੋ ਥੋੜ੍ਹਾ ਥੋੜ੍ਹਾ ਕਰਕੇ ਕਰ ਲੂੰਗੀ, ਕਿਉਂਕਿ ਹੁਣ ਵੀ ਜੇ ਦੇਖਿਆ ਜਾਵੇ ਤਾਂ ਦੋ ਤਿੰਨ ਦਿਨ ਤਾਂ ਮੌਸਮ ਠੰਡਾ ਰਹੂਗਾ ਹੀ, ਉਸ ਤੋਂ ਬਾਅਦ ਵੀ ਹੋ ਸਕਦਾ ਵਾਹਿਗੁਰੂ ਕਿਰਪਾ ਕਰੇ ਫਿਰ ਮੀਂਹ ਆ ਜਾਵੇ, ਅਤੇ ਆਪਾਂ ਤਾਂ ਇਹ ਰੱਬ ਅੱਗੇ ਅਰਦਾਸ ਕਰਦੇ ਹਾਂ। ਅਤੇ ਹਾਂਜੀ, ਜਿਨ੍ਹਾਂ ਦੇ ਇਲਾਕਿਆਂ 'ਚ ਨਹੀਂ ਆਇਆ ਉਹ ਵੀ ਆਪਾਂ ਵਾਹਿਗੁਰੂ ਅਰਦਾਸ ਇਹੀ ਕਰਦੇ ਹਾਂ ਵੀ ਸਭ ਦੇ ਕੋਲ ਮੀਂਹ ਪਹੁੰਚੇ, ਕਿਉਂਕਿ ਸਭ ਜਾਨਵਰ, ਇਨਸਾਨ, ਜੀਵ ਜੰਤੂ, ਪੇੜ ਪੌਦੇ ਅਤੇ ਫਸਲਾਂ ਸਭ ਜਿਹੜਾ ਆ ਪਾਣੀ ਤੋਂ ਬਿਨਾਂ ਮੁਰਝਾਏ ਪਏ ਆ, ਅਤੇ ਗਰਮੀ ਬਹੁਤ ਜ਼ਿਆਦਾ ਆ, ਅਤੇ ਇਸ ਕਰਕੇ ਸਭ ਜਗ੍ਹਾ ਜਿਹੜਾ ਆ ਮੀਂਹ ਪਹੁੰਚੇ, ਇਹ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਅਤੇ ਹਾਂਜੀ, ਜਿਵੇਂ ਕੱਲ੍ਹ ਤਾਂ ਮੌਸਮ ਬਹੁਤ ਠੰਡਾ ਸੀਗਾ, ਪਰ ਅੱਜ ਥੋੜ੍ਹਾ ਜਿਹਾ ਹੁਮਸ ਜੀ ਬਣ ਗਈ ਸੀ, ਜਿਵੇਂ ਮੀਂਹ ਤੋਂ ਬਾਅਦ ਧਰਤੀ ਤੋਂ ਹੁਮਸ ਜੀ ਨਿਕਲਦੀ ਉਵੇਂ ਗਰਮੈਸ਼ ਜੀ ਹੋ ਗਈ ਸੀਗੀ। ਇਸ ਕਰਕੇ ਅੱਜ ਮੈਂ ਸਵੇਰੇ ਸਵੇਰੇ ਜਿੰਨੀ ਕੁ ਮੇਰੇ ਕੋਲ ਸਾਫ਼ ਸਫਾਈ ਹੋ ਗਈ, ਬਾਕੀ ਕੰਮ ਨਿਬੇੜ ਕੇ ਫਿਰ ਮੈਂ ਕਰ ਲਿਆ ਸੀਗਾ ਰੈਸਟ। ਅਤੇ ਹੁਣ ਮੈਂ ਇੱਥੇ ਲੱਗ ਗਈ ਸੀਗੀ ਗੰਢੇ ਕੱਟਣ ਵਾਸਤੇ, ਅਤੇ ਅੱਜ ਸਵੇਰੇ ਸਵੇਰੇ ਗਾਰਡਨ 'ਚੋਂ ਰਾਜਿੰਦਰ ਨੇ ਤੋਲੀਆਂ ਸੀਗੀਆਂ ਭਿੰਡੀਆਂ, ਅਤੇ ਉਹ ਭਿੰਡੀਆਂ ਮੈਂ ਮੰਮੀ ਨੂੰ ਦੇ ਰਹੀ ਸੀ, ਮੰਮੀ ਕੱਟ ਰਹੇ ਸੀਗੇ, ਅਤੇ ਗਾਰਡਨ ਸੋਰੀ ਜਿਹੜੇ ਗੰਢੇ ਆ ਮੈਂ ਕੱਟ ਰਹੀ ਸੀਗੀ, ਕਿਉਂਕਿ ਫਿਰ ਐਂ ਹੋ ਜਾਂਦਾ ਨਾ ਵੀ ਜੇ ਲੋਬੀ 'ਚ ਬੈਠ ਕੇ ਮੰਮੀ ਕੱਟਦੇ ਆ ਅਤੇ ਇਹਨਾਂ ਦੀ ਜਿਹੜੀ ਕੜੱਤਨ ਜੀ ਹੁੰਦੀ, ਜਿਹੜੀ ਸਮੈਲ ਜੀ ਹੁੰਦੀ, ਸਾਰੇ ਕਮਰਿਆਂ ਵਿੱਚ ਹਵਾ ਨਾਲ ਫੈਲ ਜਾਂਦੀ ਹੈ। ਇਸ ਕਰਕੇ ਕੋਸ਼ਿਸ਼ ਮੇਰੀ ਇਹ ਹੁੰਦੀ ਜਿਹੜਾ ਸਵੇਰੇ ਸਵੇਰੇ ਮੰਮੀ ਕੱਟ ਦਿੰਦੇ ਆ ਉਹ ਤਾਂ ਬਾਹਰ ਬੈਠ ਕੇ ਕੱਟ ਦਿੰਦੇ ਆ, ਨਹੀਂ ਤਾਂ ਫਿਰ ਦੁਪਹਿਰ ਨੂੰ ਮੈਂ ਹੀ ਕੱਟ ਲੈਂਦੀ ਹੁੰਦੀ ਹਾਂ ਕਿਚਨ ਵਿੱਚ ਬੈਠ ਕੇ, ਕਿਉਂਕਿ ਇੱਥੇ ਤਾਂ ਹਵਾ ਜੀ ਚੱਲਦੀ ਰਹਿੰਦੀ ਹੈ ਅਤੇ ਫਿਰ ਐਵੇਂ ਕਮਰਿਆਂ ਦੇ ਵਿੱਚ ਸਮੈਲ ਨਹੀਂ ਜਾਂਦੀ ਕਿ ਜਿਹੜੀ ਕਿਚਨ ਵਿੱਚ ਹੁੰਦੀ ਹੈ ਫਿਰ ਉੱਥੇ ਪ੍ਰੋਬਲਮ ਹੋ ਜਾਂਦੀ। ਚਲੋ, ਸਾਡੇ ਤਾਂ ਬਾਹਰਲੀ ਸਾਈਡ ਹੈ। ਅਤੇ ਹਾਂਜੀ, ਜਿਨ੍ਹਾਂ ਨੇ ਆਪਾਂ ਨੂੰ ਪਿਆਰੇ ਪਿਆਰੇ ਕਮੈਂਟਸ ਕੀਤੇ ਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਕੁਲਜੀਤ 829 ਆਈਡੀ, ਥੈਂਕ ਯੂ ਜੀ ਤੁਹਾਡਾ। ਦੀਦੀ ਬਹੁਤ ਵਧੀਆ ਤੁਸੀਂ ਸਲਾਹ ਦਿੱਤੀ ਹੈ ਕਿ ਜਿਵੇਂ ਕਿ ਮੈਨੂੰ ਰੇਤਾ ਮਿੱਟੀ ਦੀ ਐਲਰਜੀ ਜੀ ਹੋ ਜਾਂਦੀ ਹੈ, ਤੁਸੀਂ ਕਿਹਾ ਵੀ ਗਾਂ ਦਾ ਜਿਹੜਾ ਘਿਓ ਆ ਰਾਤ ਨੂੰ ਇੱਕ ਇੱਕ ਬੂੰਦ ਨੱਕ 'ਚ ਪਾ ਲਿਆ ਕਰੋ। ਹਾਂਜੀ ਦੀਦੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਇਹ ਸਲਾਹ ਦੇਣ ਵਾਸਤੇ। ਹਾਲਾਂਕਿ ਇਹ ਆਪਾਂ ਨੂੰ ਦੇਸੀ ਵੈਦ ਨੇ ਵੀ ਦੱਸਿਆ ਸੀ ਅਤੇ ਮੈਂ ਉਹ ਕਰਦੀ ਵੀ ਹੁੰਦੀ ਸੀਗੀ, ਬਸ ਇਹ ਹੋ ਜਾਂਦਾ ਨਾ ਆਪਾਂ ਨੂੰ ਜਿਹੜੇ ਦੇਸੀ ਨੁਕਤੇ ਕਰਨੇ ਬੜੇ ਔਖੇ ਜਿਹੇ ਲੱਗਦੇ ਆ, ਹਾਲਾਂਕਿ ਇਹਨਾਂ ਦਾ ਇਫੈਕਟ ਬਹੁਤ ਹੀ ਵਧੀਆ ਹੁੰਦਾ ਆ। ਅਤੇ ਬਸ ਵਿੱਚ ਥੋੜ੍ਹਾ ਟਾਈਮ ਕੀਤਾ ਫਿਰ ਛੱਡਤਾ ਸੀਗਾ, ਐਂ ਹੋ ਜਾਂਦਾ ਨਾ ਆਪਾਂ ਨੂੰ ਵੀ ਗੋਲੀ ਖਾਣੀ ਸੌਖੀ ਜਿਹੀ ਲੱਗਦੀ ਆ, ਹਾਲਾਂਕਿ ਜਿਹਦਾ ਸਾਈਡ ਇਫੈਕਟ ਬਹੁਤ ਹੋ ਜਾਂਦਾ ਨਾ ਆਪਣੇ ਸਰੀਰ 'ਤੇ। ਅਤੇ ਮੈਂ ਹੁਣ ਕੋਸ਼ਿਸ਼ ਕਰੂੰਗੀ ਤੁਹਾਡੇ, ਤੁਸੀਂ ਜਿਹੜੀ ਸਲਾਹ ਦਿੱਤੀ ਆ ਉਹ ਜ਼ਰੂਰ ਅਪਣਾਵਾਂ ਜੀ।
ਅਤੇ ਹੋ ਸਕਦਾ ਵੀ ਇਹਦੇ ਨਾਲ ਮੈਨੂੰ ਬਹੁਤ ਵਧੀਆ ਫਰਕ ਪੈ ਜਾਵੇ ਜਿੱਦਾਂ ਤੁਸੀਂ ਕਿਹਾ ਹੀ ਹੈ। ਥੈਂਕ ਯੂ ਤੁਹਾਡਾ ਦੀਦੀ ਅਗੇਨ, ਅਤੇ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਆਉਣ ਵਾਲੇ ਸਾਰੇ ਵਲੋਗਸ ਨੂੰ ਇੱਦਾਂ ਹੀ ਪਿਆਰ ਦਿਉਂਗੇ ਅਤੇ ਪਿਆਰੇ ਪਿਆਰੇ ਕਮੈਂਟਸ ਕਰਦੇ ਰਹੋਗੇ ਜੀ। ਹਾਂਜੀ, ਗੁਸ਼ਾਨ ਨਾਗਰਾਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਸੀ ਸਪੋਰਟ ਕਰਨ ਵਾਸਤੇ, ਅਤੇ ਆਸ਼ਾ ਕਰਦੀ ਹਾਂ ਆਪਣੇ ਆਉਣ ਵਾਲੇ ਵਲੋਗ ਨੂੰ ਵੀ ਤੁਸੀਂ ਐਂ ਸਪੋਰਟ ਕਰੋਗੇ ਅਤੇ ਪਿਆਰੇ ਪਿਆਰੇ ਕਮੈਂਟਸ ਕਰਦੇ ਰਹੋਗੇ। ਅਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ। ਦੀਪ ਐਂਡ ਬਿੰਦਰਾਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ। ਆਸ਼ਾ ਕਰਦੀ ਹਾਂ ਹੁਣ ਤੁਹਾਡੇ ਤੱਕ ਵੀ ਮੀਂਹ ਪਹੁੰਚ ਗਿਆ ਹੋਣਾ ਆ, ਅਤੇ ਬਹੁਤ ਵਧੀਆ ਲੱਗਦਾ। ਆਪਾਂ ਤਾਂ ਇਹੀ ਕਹਿੰਦੇ ਹਾਂ ਕਿ ਵਾਹਿਗੁਰੂ ਜਿਹੜਾ ਆ ਸਭ ਨੂੰ ਜਿਹੜਾ ਆ ਮੀਂਹ ਦੇਵੇ, ਕਿਉਂਕਿ ਹਰ ਜਗ੍ਹਾ ਜਿਹੜੇ ਆ ਐਨੀਮਲਸ ਆ, ਹੈ ਨਾ, ਜੀਵ ਜੰਤੂ, ਇਨਸਾਨ, ਪੇੜ ਪੌਦੇ, ਫਸਲਾਂ ਸਭ ਮੁਰਝਾਏ ਪਏ ਗਰਮੀ ਦੇ ਨਾਲ। ਗਰਮੀ ਹੈ ਵੀ ਬਹੁਤ ਜ਼ਿਆਦਾ ਸੀਗੀ, ਅਤੇ ਇਸ ਕਰਕੇ ਰੱਬ ਹਰ ਕਿਸੇ ਨੂੰ ਜਿਹੜਾ ਮੀਂਹ ਦੇਵੇ, ਜਿਹੜੇ ਸਾਰੇ ਖੁਸ਼ ਹੋ ਜਾਣ, ਚਾਰੇ ਪਾਸੇ ਹਰਿਆਲੀ ਹਰਿਆਲੀ ਹੋ ਜਾਵੇ ਜੀ, ਸਭ ਦਾ ਮਨ ਖੁਸ਼ ਰਹੇ। ਅਤੇ ਹਾਂਜੀ, ਅੱਗੇ ਹੈਗੇ ਆ ਜੀ ਸ਼ਿੰਦੇ ਆਈਡੀ ਤੋਂ, ਤੁਹਾਡੇ ਵੀ ਬਹੁਤ ਬਹੁਤ ਥੈਂਕ ਯੂ ਜੀ। ਤੁਹਾਡਾ ਨਾਮ ਥੋੜ੍ਹਾ ਜਿਹਾ ਮੈਨੂੰ ਸਪੈਲਿੰਗ ਜਿਹੜੀ ਹੈ ਸਮਝ ਨਹੀਂ ਆ ਰਹੀ ਸੀਗੀ, ਇਸ ਕਰਕੇ, ਪਰ ਤੁਸੀਂ ਆਪਣੇ ਵਲੋਗ ਨੂੰ ਸਪੋਰਟ ਕਰਿਓ ਜੀ। ਅਤੇ ਹਾਂਜੀ, ਆਪਣੇ ਜਿਹੜੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਇਹੀ ਆਸ਼ਾ ਕਰਦੇ ਹਾਂ। ਅਤੇ ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਜੀ। ਮਨਦੀਪ ਕੌਰ ਵਲੋਗ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ। ਲਓ ਜੀ, ਇੱਧਰ ਦੁਪਹਿਰ ਦੀ ਧੁੱਪ ਦੇਖ ਲਓ ਤੁਸੀਂ, ਅਤੇ ਕਾਫੀ ਹੈਗੀ ਆ, ਅਤੇ ਅੱਜ ਮੈਂ ਬਿਸਤਰੇ ਜਿਹੜੇ ਧੁੱਪ ਲੱਗਣ ਵਾਸਤੇ ਬਾਹਰ ਮੰਜੇ 'ਤੇ ਰੱਖਤੇ ਆ। ਅਤੇ ਹਾਂਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸਭ ਦਾ, ਬਹੁਤ ਰਾਜਵੀਰਤਾ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ। ਹਮੇਸ਼ਾ ਹੀ ਤੁਸੀਂ ਐਂ ਸਪੋਰਟ ਕਰਦੇ ਰਹੋ, ਆਪਣਾ ਕੀਮਤੀ ਟਾਈਮ ਕੱਢ ਕੇ ਥੋੜ੍ਹਾ ਜਿਹਾ ਆਪਣੇ ਵਲੋਗਸ ਵਾਸਤੇ ਟਾਈਮ ਜਿਹੜਾ ਹੈ ਕੱਢ ਲਿਆ ਕਰੋ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ। ਬਲਜੋਤ ਖੁਸ਼ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਇੱਕ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ। ਤੁਸੀਂ ਬੱਚੀ ਦੀ ਇੰਗਲਿਸ਼ ਕੈਲੀਗ੍ਰਾਫੀ ਅਤੇ ਬਹੁਤ ਹੀ ਸੋਹਣਾ ਕਮੈਂਟ ਕੀਤਾ ਆ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਅਤੇ ਐਵੇਂ ਹੀ ਆਪਣੇ ਵਲੋਗਸ ਨੂੰ ਪਿਆਰ ਕਰਦੇ ਰਹੋ, ਅਤੇ ਆਸ਼ਾ ਕਰਦੀ ਹਾਂ ਤੁਸੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋਗੇ ਜੀ, ਅਤੇ ਆਉਣ ਵਾਲੇ ਵਲੋਗਸ ਨੂੰ ਵੀ ਪਿਆਰ ਕਰੋਗੇ ਜੀ। ਅਤੇ ਹਾਂਜੀ, ਅੱਜ ਸਵੇਰ ਦਾ ਰੂਟੀਨ ਜਿਹੜਾ ਕਾਫੀ ਬਿਜ਼ੀ ਸੀ, ਦੇਖੋ ਕਿੰਨੇ ਸਾਰੇ ਕੱਪੜੇ ਜਿਹੜੇ ਧੋਤੇ ਆ ਮੀਂਹ ਹਨੇਰੀ ਦੇ ਨਾਲ, ਕੱਪੜੇ ਵੀ ਐਕਸਟਰਾ ਹੋ ਗਏ ਸੀ ਧੋਣ ਵਾਲੇ, ਤਾਂ ਹੁਣ ਮੈਂ ਸਾਰੇ ਸੰਭਾਲ ਰਹੀ ਸੀ, ਜਿਹੜੇ ਤਹਿ ਲਾਉਣ ਵਾਲੇ ਤਹਿ ਲਾ ਦੇਣੇ, ਟੰਗਣ ਵਾਲੇ ਟੰਗ ਦਿੰਦੇ ਹਾਂ, ਅਤੇ ਜਿਹੜੀ ਬੈੱਡ ਸ਼ੀਟ ਸੀਗੀ, ਦੀਵਾਨ ਦੀ ਸ਼ੀਟ ਸੀਗੀ, ਉਹ ਮੈਂ ਧੋ ਕੇ ਅਤੇ ਸਿਰਹਾਣੇ ਦੇ ਕਵਰ ਦੇ ਵਿੱਚ ਹੀ ਪਾ ਕੇ ਰੱਖਤੀ, ਕਿਉਂਕਿ ਫਿਰ ਇਸ ਤਰ੍ਹਾਂ ਜਿਹੜਾ ਉਲਝਾ ਆ ਜਾ ਨਹੀਂ ਰਹਿੰਦਾ ਗਾ, ਕਿਉਂਕਿ ਨਹੀਂ ਤਾਂ ਪਿਲੋ ਦੇ ਕਵਰ ਅੱਡ ਪਏ ਹੁੰਦੇ, ਚਾਦਰਾਂ ਅੱਡ ਪਈਆਂ ਹੁੰਦੀਆਂ, ਫਿਰ ਮਿਲਦੀਆਂ ਨਹੀਂ। ਇਸ ਤਰ੍ਹਾਂ ਮੈਂ ਪਾ ਕੇ ਰੱਖ ਦਿੰਦੀ ਹਾਂ, ਚਾਹੇ ਦੀਵਾਨ ਦੀ ਚਾਦਰ ਹੈ ਚਾਹੇ ਬੈੱਡ ਸ਼ੀਟ, ਸਾਰਿਆਂ ਦਾ ਐਂ ਕਰਦੀ ਹੁੰਦੀ ਹਾਂ। ਅਤੇ ਕੱਪੜੇ ਜਿਹੜੇ ਪ੍ਰੈੱਸ ਕਰਨ ਵਾਲੇ ਉਹ ਮੈਂ ਤਹਿ ਲਾ ਕੇ ਰੱਖ ਦਿੰਦੀ ਹਾਂ, ਕਿਉਂਕਿ ਅੱਜ ਮੇਰਾ ਮਨ ਜਿਹਾ ਹੈ ਨਹੀਂ ਗਾ, ਮੈਨੂੰ ਥਕਾਵਟ ਜੀ ਬਹੁਤ ਲੱਗੀ ਜਾਂਦੀ ਹੈ, ਅਤੇ ਮੈਂ ਸੋਚਦੀ ਵੀ ਜਿੰਨਾ ਅੱਜ ਰੈਸਟ ਕਰ ਲਵਾਂ, ਜਿੰਨਾ ਕੁ ਘਰ ਹੁੰਦਾ ਕਰ ਹੀ ਲਵਾਂ, ਕਿਉਂਕਿ ਸ਼ਾਮ ਨੂੰ ਫਿਰ ਕਿਚਨ ਦੇ ਕੰਮ ਕਾਜ ਵੀ ਕਰਨੇ ਆ, ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਟਿਊਸ਼ਨ ਵਾਲਾ ਬੱਚਾ ਆਉਂਦਾ ਉਹਨੇ ਵੀ ਆ ਜਾਣਾ, ਫਿਰ ਉਸ ਨੂੰ ਵੀ ਪੜ੍ਹਾਉਣਾ ਆ, ਅਤੇ ਇਸ ਕਰਕੇ ਮੇਰੀ ਕੋਸ਼ਿਸ਼ ਸੀਗੀ, ਮੈਂ ਕਿਹਾ ਚਲੋ ਕੰਮ ਕਰਦੇ ਕਰਦੇ ਵਿੱਚ ਦੀ ਰੈਸਟ ਵੀ ਕਰ ਲਓ ਤਾਂ ਸਹੀ ਰਹਿੰਦਾ ਆ, ਕਿਉਂਕਿ ਇੱਕ ਜਣੇ ਨੂੰ ਫਿਰ ਸਾਰੀਆਂ ਸਫਾਈਆਂ ਕਰਨੀਆਂ ਬਹੁਤ ਔਖਾ ਹੋ ਜਾਂਦਾ ਹੈ। ਅਤੇ ਵੈਸੇ ਵੀ ਮੈਂ ਮਤਲਬ ਕਿ ਇੱਕ ਇੱਕ ਰੂਮ ਦੀ ਸਫਾਈ ਕਰ ਰਹੀ ਸੀ, ਕੱਲ੍ਹ ਦੋ ਰੂਮ ਕਰ ਲਏ ਸੀਗੇ, ਅੱਜ ਮੈਂ ਥੋੜ੍ਹੀ ਜਿਹੀ ਜਿਵੇਂ ਕਿਚਨ ਸਟੋਰ ਇੱਧਰ ਕੀਤੀ ਸੀਗੀ, ਹਲਕੀ ਡੀਪ ਕਲੀਨਿੰਗ ਨਹੀਂ ਕੀਤੀ ਗੀ, ਅਤੇ ਕੁਛ ਤਾਂ ਮੈਂ ਜਿੱਦਣ ਹਨੇਰੀ ਆਈ ਸੀਗੀ ਰਾਤ ਨੂੰ, ਉਦੋਂ ਹੀ ਕਿਚਨ ਦੀ ਥੋੜ੍ਹੀ ਬਹੁਤੀ ਤਾਂ ਕਰ ਲਈ ਸੀ, ਸੈਲਫਾ ਵਗੈਰਾ ਦੀ। ਮੈਂ ਕਹਿੰਦਾ ਫਿਰ ਸਵੇਰ ਨੂੰ ਤਾਂ ਇੱਥੇ ਚਾਹ ਬਣਾਉਣ ਨੂੰ ਵੀ ਜੀ ਕਰਨਾ ਗਾ, ਅਤੇ ਕੁਛ ਮੈਂ ਅੱਜ ਜਿਵੇਂ ਕਰਤੀ ਹੈ, ਅਤੇ ਬਾਕੀ ਜਿਹੜਾ ਕੁਛ ਹੋਰ ਰਹਿੰਦੇ ਆ ਉਹ ਬਾਅਦ 'ਚ ਕਰੂੰਗੀ, ਕਿਉਂਕਿ ਇੱਕੋਦਮ ਫਿਰ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅਤੇ ਹੁਣ ਜੀ ਮੈਂ ਇੱਥੇ ਜਾ ਰਹੀ ਸੀ, ਜਿਵੇਂ ਅੱਜ ਪੁੰਨਿਆ, ਅਤੇ ਮੈਂ ਜਾ ਰਹੀ ਸੀ ਬਾਬਾ ਖੇਤਰਪਾਲ ਜੀ ਦੇ ਮੱਥਾ ਟੇਕਣ ਵਾਸਤੇ, ਅਤੇ ਬਾਬਾ ਜੀ ਦੀ ਜਗ੍ਹਾ ਜਿਹੜੀ ਪਿੰਡ ਤੋਂ ਬਾਰ ਬਾਰ ਬਣੀ ਹੋਈ ਹੈ, ਅਤੇ ਇਸ ਕਰਕੇ ਵੀ ਟਾਈਮ ਵਾਹਵਾ ਲੱਗ ਜਾਂਦਾ, ਇਸ ਕਰਕੇ ਮੈਂ ਸਕੂਟਰੀ ਹੀ ਲੈ ਜਾਂਦੀ ਹੁੰਦੀ ਹਾਂ।
ਅਤੇ ਤਾਂ ਕਰਕੇ ਮੈਂ ਜਾ ਰਹੀ ਸੀ ਉੱਥੇ। ਮੈਨੂੰ ਐਵੇਂ ਵੀ ਸੀਗਾ ਵੀ ਕਿਤੇ ਪਾਣੀ ਨਾ ਖੜਿਆ ਹੋਵੇ ਗਲੀਆਂ ਦੇ ਵਿੱਚ। ਅਤੇ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ 6:30 ਦਾ। ਮੈਂ ਟਿਊਸ਼ਨ ਪੜ੍ਹਾ ਕੇ ਹਟੀ ਸੀ ਅਤੇ ਗਾਈਆਂ ਨੂੰ ਹੁਣ ਡਿੱਗੀ ਦੇ ਵਿੱਚ ਠੰਡਾ ਠੰਡਾ ਪਾਣੀ ਪਿਲਾ ਦੇਈਦਾ, ਕਿਉਂਕਿ ਖੇਲ 'ਚ ਪਾਈਦਾ ਤਾਂ ਫਿਰ ਉਹ ਗਰਮ ਹੋ ਜਾਂਦਾ। ਅਤੇ ਰਾਜਿੰਦਰ ਲੱਗੇ ਸੀਗੇ ਦਾਣਾ ਰਲਾਉਣ ਵਾਸਤੇ, ਅਤੇ ਮੈਂ ਬਸ ਧਾਰ ਕੱਢਣ ਲੱਗਣਾ ਸੀਗਾ। ਅਤੇ ਸੂਰਜ ਦੇਖੋ ਜੀ ਚਮਕ ਰਿਹਾ। ਮੈਂ ਇੱਥੇ ਦੇਖ ਰਹੀ ਸੀਗੀ ਸਬਜ਼ੀਆਂ ਵੀ, ਦੇਖੋ ਕੱਦੂ ਦੀ ਵੇਲ ਜਿਹੜੀ ਆ ਉਹ ਕਿੰਨੀ ਫੈਲ ਗਈ ਆ। ਹੁਣ ਤਾਂ ਮੀਂਹ ਪੈ ਗਿਆ, ਹੁਣ ਤਾਂ ਪਾਣੀ ਪੈ ਗਿਆ ਕਰਕੇ ਹੋਰ ਵੀ ਫੈਲ ਜਾਣੀ ਹੈ। ਅਤੇ ਹਾਲਾਂਕਿ ਇੱਥੇ ਜਿਹੜੇ ਗੁਬਾਰੇ ਦੇ ਬੂਟੇ ਸੀਗੇ ਉਹ ਪੱਟਤੇ, ਨਹੀਂ ਤਾਂ ਫਿਰ ਇਸ ਵੇਲ ਨੂੰ ਜਗ੍ਹਾ ਨਹੀਂ ਮਿਲਣੀ ਸੀਗੀ। ਅਤੇ ਭਿੰਡੀਆਂ ਜਿਹੜੀਆਂ ਸੀ ਉਹ ਸਵੇਰੇ ਤੋੜ ਲਈਆਂ ਸੀ, ਅਤੇ ਹਜੇ ਛੋਟੀ ਛੋਟੀਆਂ ਹੋਰ ਵੀ ਲੱਗੀਆਂ ਹੁੰਦੀਆਂ ਸੀਗੀਆਂ। ਵਧੀਆ ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚ ਲਾਈ ਆ, ਪਰ ਵਧੀਆ ਖਾਣ ਜੋਗੀ ਸਬਜ਼ੀ ਹੋ ਜਾਂਦੀ ਹੈ। ਅਤੇ ਜਿੱਦਾਂ ਵੀ ਕੋਈ ਐਕਸਟਰਾ ਹੁੰਦੀ ਤਾਂ ਆਪਾਂ ਦੇ ਵੀ ਦਿੰਦੇ ਹੁੰਦੇ ਹਾਂ, ਅਤੇ ਬਾਬਾ ਜੀ ਗੁਰਦੁਆਰਾ ਵਾਲੇ ਬਾਬਾ ਜੀ ਨੂੰ ਦੇ ਜਾਂਦੇ। ਚਲੋ ਜੀ, ਦਿਨ ਦਾ ਵੀ ਐਂਡ ਹੋ ਰਿਹਾ, ਵਲੋਗ ਦਾ ਵੀ ਐਂਡ ਹੋ ਰਿਹਾ। ਸਤਿ ਸ਼੍ਰੀ